ਉਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਮਾਮਲਾ ਗਿਆ, ਨੀਟ ਐਗਜ਼ਾਮ ਦੀ ਲੀਕੇਜ ਹੋਈ ਹੈ ਜੀ, ਲੀਕ ਹੋ ਗਿਆ ਪੇਪਰ, ਸੀਬੀਆਈ ਜਾਂਚ ਹੋ ਗਈ ਹੈ, ਸਭ ਕੁਝ ਹੋ ਗਿਆ। ਇਹ ਐਕਟ ਜਿਹੜਾ ਤੁਸੀਂ ਪੜ੍ਹਿਆ, ਕੀ ਇਹਦੇ ਵਿੱਚ ਐਕਟ ਵਿੱਚ ਹੈਗਾ, ਕਿਆ ਇਹ ਫਿਊਚਰ ਸੇਵ ਕਰਵਾਏਗਾ ਬੱਚਿਆਂ ਦਾ? ਜਿਹੜਾ ਐਕਟ ਹੈ ਜੀ, ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ, ਇਹ ਐਕਟ ਬੇਸਿਕਲੀ ਸਰਕਾਰ ਨੇ ਫੈਬਰੀ 2024 ਦੇ ਵਿੱਚ ਬਣਾ ਲਿਆ ਸੀ। ਉਸ ਤੋਂ ਬਾਅਦ ਕਿਉਂਕਿ ਇਲੈਕਸ਼ਨ ਸੀ, ਸੋ ਆਬਵੀਅਸ ਗੱਲ ਹੈ ਕਿ ਇੰਪਲੀਮੈਂਟ ਨਹੀਂ ਹੋ ਸਕਿਆ। ਹੁਣ ਇਹਨਾਂ ਨੇ ਨੋਟੀਫਾਈ ਕੀਤਾ ਹੈ ਕੱਲ੍ਹ। ਸੋ ਹੁਣ ਇਹ ਐਕਟ ਬਣਨ ਤੋਂ ਬਾਅਦ, ਵੇਖੋ, ਕੋਈ ਵੀ ਜਦੋਂ ਕਾਨੂੰਨ ਇਨ ਐਗਜ਼ਿਸਟੈਂਸ ਨਹੀਂ ਹੁੰਦਾ, ਇਹ ਨਹੀਂ ਕਿ ਤੁਸੀਂ IPC ਦੇ ਅੰਡਰ, ਧਾਰਾਵਾਂ ਦੇ ਅੰਡਰ ਨਹੀਂ ਕਰ ਸਕਦੇ ਸੀ, ਪਰ ਇਹੋ ਜਿਹੀ ਚੀਜ਼ ਨਾਲ ਡੀਲ ਕਰਨ ਦੇ ਲਈ ਇੱਕ ਸਪੈਸੀਫਿਕ ਐਕਟ ਦੀ ਲੋੜ ਸੀ, ਜਿਹੜਾ ਹੁਣ ਬਣ ਗਿਆ। ਹੁਣ ਇਹ ਐਕਟ ਸਿਰਫ ਸੈਂਟਰਲ ਗਵਰਨਮੈਂਟ ਦੇ ਐਗਜ਼ਾਮੀਨੇਸ਼ਨਸ ਤੇ ਅਪਲਾਈ ਕਰਦਾ। 19 ਸੈਕਸ਼ਨਸ ਨੇ, 6 ਚੈਪਟਰਸ ਨੇ ਇਸ ਐਕਟ ਦੇ, ਔਰ ਇਹਦੇ ਵਿੱਚ ਇੰਟਰਸਟਿੰਗ ਚੀਜ਼ ਇਹ ਹੈ ਕਿ ਬੜਾ ਇੱਕ ਕੰਪ੍ਰੀਹੈਂਸਿਵ ਔਰ ਡਿਟੇਲਡ ਇੱਕ ਇਹਨਾਂ ਨੇ ਕਾਨੂੰਨ ਬਣਾਇਆ, ਜਿਹਦੇ ਵਿੱਚ ਇਹਨਾਂ ਨੇ ਕੈਟੇਗਰਾਈਜ਼ ਕੀਤਾ ਕਿ ਅਨਫੇਅਰ ਮੀਨਸ ਕੀ ਹੁੰਦੀ ਹੈ, ਜਿਹੜੀ ਬੇਸਿਕ ਚੀਜ਼ ਹੈ, ਜਿਹਦੇ ਵਿੱਚ ਪੇਪਰ ਕਿਸੇ ਵੀ ਸਟੇਜ ਤੇ ਲੀਕ ਹੋਣਾ, ਕੋਈ ਵੀ ਗਲਤ ਰਸਤੇ ਨਾਲ ਐਗਜ਼ਾਮੀਨੇਸ਼ਨ ਕੰਡਕਟ ਹੋਣਾ, ਉਸ ਤੋਂ ਇਲਾਵਾ ਕਿਸੇ ਵੀ ਸਟੇਜ ਤੇ ਕੁਛ ਵੀ, ਕੋਈ ਐਕਸਟਰਨਲ ਏਜੰਸੀ ਦੀ ਤੁਸੀਂ ਹੈਲਪ ਲੈ ਰਹੇ ਹੋ, ਕੋਈ ਕਿਸੇ ਨੂੰ ਤੁਸੀਂ ਇੰਪਰਸਨੇਟ ਕਰ ਰਹੇ ਹੋ, ਉਹ ਸਾਰਾ ਕੁਛ ਵੀ ਪਨਿਸ਼ੇਬਲ ਕੀਤਾ ਗਿਆ। ਬਹੁਤ ਵਾਰੀ ਅੱਡ ਸੈਂਟਰਸ ਦੇ ਉੱਤੇ ਐਗਜ਼ਾਮੀਨੇਸ਼ਨ ਲਈ ਕੋਈ ਹੈਲਪ ਲਈ ਜਾਂਦੀ ਹੈ, ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਇਹਨਾਂ ਨੇ ਉਸ ਮੁੱਦੇ ਦੇ ਉੱਤੇ ਇਹ ਕਿਤੇ ਨਾ ਕਿਤੇ ਇਹਦੇ ਉੱਤੇ ਕਾਨੂੰਨ ਦੇ ਐਂਬਿਟ ਦੇ ਵਿੱਚ ਮਤਲਬ ਲੈ ਕੇ ਆਈ ਹੈ, ਜਿਸ ਨਾਲ ਇਹ ਬਹੁਤ ਵਧੀਆ ਇੱਕ ਇਨੈਕਟਮੈਂਟ ਆਈ ਹੈ। ਤਿੰਨ ਸਾਲ ਦੀ ਸਜ਼ਾ ਤੇ ਫਾਈਨ ਵੀ ਰੱਖਿਆ ਗਿਆ, ਕਰੋੜ ਸ਼ਾਇਦ। ਦੇਖੋ, ਸਜ਼ਾ ਅੱਡ ਅੱਡ ਓਫੈਂਸਿਸ ਦੀ ਹੈ, 3 ਤੋਂ 5 ਸਾਲ ਦੀ ਕਿਤੇ ਵੇਰੀਏਸ਼ਨ ਹੈ, ਕਈ ਕੇਸਿਸ ਦੇ ਵਿੱਚ 10 ਸਾਲ ਤੱਕ ਵੀ ਜਾ ਰਹੀ ਹੈ। ਫਾਈਨ ਵੀ ਕਿਤੇ ਵੇਰੀ ਕਰਦੇ ਹੋਏ 10 ਲੱਖ ਵੀ ਹੈ, ਕਿਤੇ 1 ਕਰੋੜ ਵੀ ਹੈ, ਬਿਕੋਜ਼ ਔਰ ਉਹਦੇ ਵਿੱਚ ਰਿਕਵਰੀ ਐਂਡ ਫੋਰਫੀਚਰ ਆਫ ਪ੍ਰੋਪਰਟੀ ਵੀ ਹੈ। ਉਹ ਕਿਉਂ ਰੱਖਿਆ ਗਿਆ? ਬਿਕੋਜ਼ ਇੱਥੇ ਐਗਜ਼ਾਮੀਨੇਸ਼ਨ ਦੇ ਵਿੱਚ ਇੱਕ ਪਰਟੀਕੁਲਰ, ਤੁਸੀਂ ਦੇਖੋਗੇ, ਇਕੱਲੇ ਸਟੂਡੈਂਟਸ ਤੱਕ ਨਹੀਂ ਹੈ, ਪੂਰੀ ਜਨਰੇਸ਼ਨ ਬਰਬਾਦ ਹੋ ਜਾਂਦੀ ਹੈ। ਸੋ ਗਵਰਨਮੈਂਟ ਨੇ ਤਾਂ ਇੱਕ ਬਹੁਤ ਵੈਲਕਮ ਸਟੈਪ ਲਿਆ ਹੈ, ਇੰਪਲੀਮੈਂਟ ਵੀ ਇਹਨੂੰ ਕਰ ਦਿੱਤਾ ਹੈ। ਸੋ ਕਿਸੇ ਵੀ ਚੀਜ਼ ਨੂੰ ਜੇ ਅਸੀਂ ਦੇਖੀਏ ਕਿ ਇਫੈਕਟਿਵ ਤਰੀਕੇ ਨਾਲ ਉਸ ਚੀਜ਼ ਦੇ ਵਿੱਚ ਕੋਈ ਰਿਜ਼ਲਟ ਆਵੇ, ਸਭ ਤੋਂ ਪਹਿਲਾਂ ਇੱਕ ਕਾਨੂੰਨ ਹੋਣਾ ਜ਼ਰੂਰੀ ਹੈ। ਸੋ ਪਹਿਲਾ ਕਦਮ ਤਾਂ ਇੱਕ ਸਰਕਾਰ ਨੇ ਲਿਆ। ਮੈਂ ਇੱਥੇ ਰੋਕਾਂਗਾ, ਇੱਕ ਕਾਨੂੰਨ ਤਾਂ ਘੱਟੋ ਘੱਟ ਬਣਿਆ, ਕਿਉਂਕਿ ਅਸੀਂ ਦੇਖਦੇ ਆਏ ਹਾਂ, ਅਸੀਂ ਵੀ ਜਦੋਂ ਪੜ੍ਹਦੇ ਸੀਗੇ ਜਾਂ ਹੁਣ ਅਸੀਂ ਭਾਵੇਂ ਜਰਨਲਿਜ਼ਮ 'ਚ ਹਾਂ, ਤੁਸੀਂ ਵਕੀਲ ਹੋ, ਸਟੂਡੈਂਟ ਰਹੇ ਹੋ, ਇਹ ਚੀਜ਼ ਹੁਣ ਵੱਧਦੀ ਨਜ਼ਰ ਆ ਰਹੀ ਹੈ, ਚਾਹੇ ਭਾਵੇਂ ਟੈਕਨੋਲੋਜੀ ਆ ਗਈ ਹੈ, ਹੁਣ ਜ਼ਮਾਨਾ ਡਿਜੀਟਲ ਦਾ ਹੈ, ਇੱਕ ਪੇਪਰ ਲੀਕ ਹੋ ਜਾਣਾ ਔਰ ਬੱਚਾ ਦੇ ਫਿਊਚਰ ਤੇ ਅਸਰ ਪੈ ਜਾਣਾ। ਇੱਕ ਸਵਾਲ ਵਿੱਚ ਸਾਹਿਬ ਹੋਰ ਉੱਠਦਾ ਹੈ ਕਿ ਜਿਹੜਾ ਹੁਣ ਐਪੀਸੋਡ ਹੋਇਆ ਨੀਟ ਵਾਲਾ, ਕਾਨੂੰਨ ਬਣ ਗਿਆ, ਲੇਕਿਨ ਜਿਹੜੇ ਬੱਚੇ ਪਾਸ ਹੋ ਗਏ ਨੇ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਉਹਨਾਂ ਦਾ ਫਿਊਚਰ ਔਰ ਇਹ ਕਾਨੂੰਨ, ਉਹ ਕਿੱਥੇ ਆਪਸ ਟਕਰਾਉਂਦਾ? ਪਹਿਲਾ ਕਦਮ ਜਦੋਂ ਚੁੱਕਿਆ ਜਾਵੇ ਤੇ ਪਰਫੈਕਸ਼ਨ ਸਾਨੂੰ ਐਕਸਪੈਕਟ ਨਹੀਂ ਕਰਨੀ ਚਾਹੀਦੀ। ਵੇਖੋ, ਇੱਕ ਮੈਂ ਐਗਜ਼ਾਮਪਲ ਦੇਣਾ, ਤੁਹਾਡਾ ਸਵਾਲ ਬਹੁਤ ਰੈਲੇਵੈਂਟ ਹੈ, ਇਹਨੂੰ ਮੈਂ ਥੋੜਾ ਜਿਹਾ ਦਰਸ਼ਕਾਂ ਲਈ ਇੱਕ ਕ੍ਰਿਕਟ ਦੇ ਐਗਜ਼ਾਮ, ਕ੍ਰਿਕਟ ਦੇ ਮੈਚ ਦੇ ਨਾਲ ਕੰਪੇਅਰ ਕਰਦਾ ਐਗਜ਼ਾਮ ਨੂੰ। ਜਿਵੇਂ ਕ੍ਰਿਕਟ ਦੇ ਵਿੱਚ ਭਾਵੇਂ ਸੇਮ ਟੀਮਸ ਦੇ 2 ਮੈਚ ਕਰਾ ਲਓ, ਇੱਕ ਮੈਚ ਕਰਾਓ, ਦੂਜਾ ਰੀਮੈਚ ਕਰਾਓ, ਤੇ ਰੀਮੈਚ ਦੇ ਵਿੱਚ ਪਲੇਅਰਸ ਦੀ ਪਰਫਾਰਮੈਂਸ ਕਦੇ ਵੀ ਸੇਮ ਨਹੀਂ ਹੋਊਗੀ। ਉਸੇ ਤਰ੍ਹਾਂ ਐਗਜ਼ਾਮੀਨੇਸ਼ਨ ਦੇ ਵਿੱਚ ਕੋਈ ਬ੍ਰਿਲੀਅੰਟ ਸਟੂਡੈਂਟ ਵੀ ਹੋਵੇ, ਉਹਦੀ ਸੇਮ ਪਰਫਾਰਮੈਂਸ ਨਹੀਂ ਰਹੂਗੀ। ਮੌਕੇ ਤੇ ਉਹ ਸਟੂਡੈਂਟ ਕਿੰਨਾ ਪੜ੍ਹ ਕੇ, ਕਿੰਨੀ ਪ੍ਰਿਪਰੇਸ਼ਨ ਕਰਕੇ ਗਿਆ, ਕੁਐਸਚਨ ਜਿਹੜੇ ਆਏ ਉਹਦੇ ਉਹਨੂੰ ਕਿੰਨੇ ਆਨਸਰਸ ਆਉਂਦੇ ਸੀ। ਹੁਣ ਫੋਰ ਐਗਜ਼ਾਮਪਲ, ਕਈ ਵਾਰੀ ਹੁੰਦਾ ਹੀ ਹੈ, ਸਟੂਡੈਂਟ ਸਾਰੇ ਕਹਿੰਦੇ ਹੈਗੇ ਜੀ ਅਸੀਂ 10 ਚੈਪਟਰਸ ਪੜ੍ਹੇ, 1 ਛੱਡਿਆ, ਉਹ 1 'ਚੋਂ 4 ਸਵਾਲ ਆ ਗਏ ਐਗਜ਼ਾਮ, ਮਤਲਬ ਉਹ ਵੀ ਕਿਸਮਤ ਦੀ ਗੱਲ ਹੁੰਦੀ ਹੈ। ਉਸ ਤਰ੍ਹਾਂ ਜਿਹੜੇ ਸਟੂਡੈਂਟਸ ਨੇ ਮਿਹਨਤ ਕਰਕੇ ਐਗਜ਼ਾਮ ਦਿੱਤਾ ਹੈ ਔਰ ਉਹਨਾਂ ਨੂੰ ਦੁਬਾਰਾ ਦੇਣਾ ਪੈ ਰਿਹਾ, ਕਿਤੇ ਨਾ ਕਿਤੇ ਠੀਕ ਹੈ, ਉਹਨਾਂ ਲਈ ਪ੍ਰੋਬਲਮ ਹੈ, ਬਟ ਇਹ ਇੱਕ ਮਜਬੂਰੀ ਹੈ ਔਰ ਪਰਟੀਕੁਲਰ ਇੱਕ ਵਾਰੀ ਦਾ ਚੀਜ਼ ਹੈ, ਬਿਕੋਜ਼ ਇਹਨੇ ਇੱਕ ਬਹੁਤ ਵੱਡਾ ਸਾਡੇ ਸਿਸਟਮ ਦੇ ਇੱਕ
ਲੈਕਿਊਨਾ ਨੂੰ ਇੱਕ ਬਹੁਤ ਵੱਡੇ ਕਮਜ਼ੋਰ ਕੜੀ ਨੂੰ ਐਕਸਪੋਜ਼ ਕੀਤਾ ਹੈ ਔਰ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹਦੇ ਸਭ ਤੋਂ ਇੰਪੋਰਟੈਂਟ ਗੱਲ ਐਜ਼ ਅ ਲਾਇਰ ਜੋ ਮੈਂ ਫੀਲ ਕਰਦਾ ਕਿ ਇਹਦੇ ਵਿੱਚ ਇੱਕ ਜਿਵੇਂ ਇਹਨਾਂ ਨੇ ਇੱਕ ਸਿਸਟਮ ਬਣਾਤਾ ਇਨਵੈਸਟੀਗੇਟਿਵ ਏਜੰਸੀ ਤੱਕ ਦਾ ਰੱਖਿਆ ਕਿ ਵੀ ਇਹਨੂੰ ਇਨਵੈਸਟੀਗੇਟ ਸੈਂਟਰਲ ਗਵਰਨਮੈਂਟ ਕਰਵਾਊਗੀ। ਹਾਂ ਉਹ ਪੁਆਇੰਟ ਤੇ ਮੈਂ ਆਉਂਦਾ ਕਿ ਵਿਕ ਸਾਹਿਬ ਵਧੀਆ ਕਿ ਹੁਣ ਇਹ ਐਕਟ ਵਿੱਚ ਹੈ ਕੀ ਕੀ ਨੇ, ਕਿੰਨੇ ਕੁ ਮੇਰੇ ਖਿਆਲ 19 ਕੁ ਇਹਦੇ ਵਿੱਚ ਉਹ ਹੈਗੇ ਨੇ ਸੈਕਸ਼ਨਸ ਹੈਗੇ ਨੇ ਔਰ ਜਾਂਚ ਵੀ DSP ਲੈਵਲ ਦੇ ਉਹਦੇ ਕਰਨੀ ਪਏਗੀ ਔਰ ਇਨਵੈਸਟੀਗੇਸ਼ਨ ਏਜੰਸੀ ਦੀ ਵੀ ਗੱਲ ਕੀਤੀ ਗਈ। ਇਨਵੈਸਟੀਗੇਟਿਵ ਏਜੰਸੀ ਦੀ ਕੀਤੀ ਹੈ, DSP ਲਈ ਮੰਗ ਹੈ ਕਿ ਕੋਈ ਤੁਸੀਂ ਆਫਿਸਰ ਪਰਟੀਕੁਲਰ ਡੈਜ਼ਿਗਨੇਟ ਕਰੋ, ਗਵਰਨਮੈਂਟ ਉਹ ਡੈਜ਼ਿਗਨੇਟ ਕਰ ਸਕਦੀ ਹੈ ਬਟ ਅਦਰਵਾਈਜ਼ ਇੱਕ ਜਾਂਚ ਲਈ ਸੈਂਟਰਲ ਗਵਰਨਮੈਂਟ ਕੋਲੋਂ ਡਿਸਕ੍ਰੀਸ਼ਨ ਇੱਕ ਲਾਅ ਬਣਾ ਕੇ ਸ਼ੁਰੂ ਕਰ ਦੇਣ ਦੀ ਪ੍ਰੋਵੀਜ਼ਨ ਦੇ ਉੱਤੇ ਇਨੈਕਟਮੈਂਟ ਲਿਆਉਣਾ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਮੈਂ ਪਰਸਨਲੀ ਇਹ ਫੀਲ ਕਰਦਾ ਕਿ ਜਦੋਂ ਸੈਂਟਰਲ ਗਵਰਨਮੈਂਟ ਨੇ ਇਹੋ ਜਿਹਾ ਬਣਾਤਾ ਤੇ ਸਟੇਟ ਗਵਰਨਮੈਂਟਸ ਵੀ ਇਹਨੂੰ ਫੋਲੋ ਕਰਨਗੀਆਂ। ਐਜ਼ ਅ ਲਾਇਰ ਮੈਂ ਫੀਲ ਕਰਦਾ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ, ਅਦਰਵਾਈਜ਼ ਇਨਵੈਸਟੀਗੇਸ਼ਨ ਦੀ ਕੋਈ ਡਿਟੇਲ ਪਬਲਿਕ ਨਾ ਕਰਨ, ਕਰਨੀ ਵੀ ਨਹੀਂ ਚਾਹੀਦੀ। ਪਰ ਇਹੋ ਜਿਹਾ ਸਕੈਂਡਲ ਇੰਨਾ ਵੱਡਾ ਇੱਕ ਐਗਜ਼ਾਮੀਨੇਸ਼ਨ ਦਾ ਕਿਸ ਤਰ੍ਹਾਂ ਬਾਹਰ ਆਇਆ, ਇਹਦੀ ਥੋੜੀ ਜਿਹੀ ਡਿਟੇਲ ਜ਼ਰੂਰ ਦਿੱਤੀ ਜਾਵੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਜੇ ਦੂਜੇ ਕਿਤੇ ਵੀ ਇਹੋ ਜਿਹਾ ਕੁਛ ਹੋਵੇ ਲੋਕ ਕੰਪਲੇਂਟ ਕਰ ਸਕਣ। ਕੀ ਹੁੰਦਾ ਬਹੁਤ ਵਾਰੀ ਸਾਡੇ ਸਾਹਮਣੇ ਚੀਟਿੰਗ ਹੋ ਰਹੀ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ, ਤੇ ਸਟੂਡੈਂਟਸ ਕੰਪਲੇਂਟ ਕਰ ਸਕਣ ਬਿਕੋਜ਼ ਸਿਸਟਮ ਨੂੰ ਐਕਸਪੋਜ਼ ਕਰਨਾ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ। ਕੰਪਲੇਂਟਸ ਜਿਹੜੀ ਫੈਕਟਸ ਦੇ ਉੱਤੇ ਬੇਸਡ ਹੋਣ, ਸੱਚੀਆਂ ਕੰਪਲੇਂਟਸ ਹੋਣ, ਉਹ ਪਬਲਿਕ ਡੋਮੇਨ 'ਚ ਆਉਣ, ਇਨਵੈਸਟੀਗੇਟਿਵ ਏਜੰਸੀ ਤੱਕ ਜਾਣ। ਸੋ ਉਸ ਚੀਜ਼ ਦੇ ਲਈ ਥੋੜਾ ਜਿਹਾ ਇਹਨੂੰ ਹੋਰ ਆਈ ਥਿੰਕ ਇਹਨਾਂ ਨੂੰ ਮੈਕੇਨਿਜ਼ਮ ਨੂੰ ਸਟਰੋਂਗ ਕਰਨਾ ਚਾਹੀਦਾ, ਬਟ ਇੱਕ ਬਹੁਤ ਵੈਲਕਮ ਸਟੈਪ ਕੀਤਾ, ਬਹੁਤ ਵਧੀਆ ਇਹਨਾਂ ਨੇ ਸਾਰਾ ਇਨੈਕਟਮੈਂਟ ਕੀਤੀ ਹੈ ਔਰ ਇਹਨੂੰ ਇੰਪਲੀਮੈਂਟ ਵੀ ਕੀਤਾ। ਬਟ ਇਸ ਇਨਵੈਸਟੀਗੇਸ਼ਨ ਦੇ ਉੱਤੇ ਜੋ ਮੈਂ ਫੀਲ ਕਰਦਾ ਔਰ ਆਈ ਥਿੰਕ ਨੋਟੀਫਿਕੇਸ਼ਨ ਦੇ ਵਿੱਚ ਵੀ ਹੈ, ਕਿਉਂਕਿ ਜਦੋਂ 21 June ਤੋਂ ਇਹ ਕਰਤਾ ਔਰ ਇਗਜ਼ਾਮ ਉਸ ਤੋਂ ਪਹਿਲਾਂ ਹੋ ਗਿਆ, ਸੋ ਰੈਟਰੋਸਪੈਕਟਿਵਲੀ ਮਤਲਬ ਪਾਸਟ ਦੇ ਉੱਤੇ ਇਹ ਇਗਜ਼ਾਮ ਦੇ ਉੱਤੇ ਅਪਲਾਈ ਨਹੀਂ ਕਰੂਗਾ, ਉਹ ਇਨਵੈਸਟੀਗੇਸ਼ਨ ਸ਼ਾਇਦ ਇਸ ਐਕਟ ਦੇ ਵਿੱਚ ਮੇਰੇ ਖਿਆਲ ਨਾਲ ਕਵਰ ਨਹੀਂ ਹੋਊਗੀ। ਇਹ ਤੁਹਾਡਾ ਬੜਾ ਰੈਲੀਵੈਂਟ ਇੱਕ ਜਵਾਬ ਹੈ ਕਿ ਕਿਉਂਕਿ 21 June 2024 ਦੀ ਨੋਟੀਫਿਕੇਸ਼ਨ ਹੈ, ਇਗਜ਼ਾਮ ਇਹ ਪਹਿਲਾਂ ਹੋਇਆ, ਲੇਕਿਨ ਸੁਪਰੀਮ ਕੋਰਟ 'ਚ ਮਾਮਲਾ ਚੱਲ ਰਿਹਾ, ਕੋਰਟ ਕਹਿ ਵੀ ਸਕਦੀ ਹੈ, ਕੋਰਟ ਡਿਸੀਜਨ ਵੀ ਦੇ ਸਕਦੀ ਹੈ, ਕੋਰਟ ਦੇ ਸਕਦੀ ਹੈ ਪਰ ਉਹਦੇ ਵਿੱਚ ਅਪਲਾਈ ਨਹੀਂ ਕਰੂਗਾ। ਇਹ ਬਹੁਤ ਵੱਡਾ ਇੱਕ ਤੁਸੀਂ ਫੈਕਟਰ ਦੱਸਿਆ। ਹਾਂ, ਅਨਲੈਸ ਕੋਰਟ ਸਪੈਸੀਫਿਕਲੀ ਕਵੇ ਕਿ ਅਪਲਾਈ ਕਰੇ। ਇੱਕ ਹੋਰ ਸਵਾਲ ਆਉਂਦਾ ਵਿਕ ਸਾਹਿਬ ਕਿ ਜਦੋਂ ਇੱਦਾਂ ਦੀ ਚੀਜ਼ ਹੋਵੇ ਸਾਹਮਣੇ ਕਿ ਉਹ ਕਹਿ ਕੇ ਤੁਸੀਂ ਕਹਿ ਰਹੇ ਹੋ ਕਿ ਜਦੋਂ ਵੀ ਇੱਦਾਂ ਦੀ ਚੀਜ਼ ਹੋਏ ਕਿ ਜਦੋਂ ਰੈਲੀਵੈਂਟ ਸੈਕਸ਼ਨ ਉਹਦੇ ਵਿੱਚ ਐਡ ਹੋ ਜਾਣਗੇ ਤਾਂ ਆਉਣ ਵਾਲੇ ਸਮੇਂ 'ਚ ਕਿਆ ਲੱਗਦਾ ਕਿ ਜਦੋਂ ਇਹ ਕੋਈ ਮੰਨ ਲਓ ਇੱਦਾਂ ਦਾ ਕੇਸ ਹੋਇਆ ਔਰ ਇਸ ਐਕਟ ਦੇ ਮੁਤਾਬਿਕ ਇਹ ਗੱਲਬਾਤ ਚੱਲੇਗੀ ਤਾਂ ਵਿਕ ਸਾਹਿਬ ਇਹ ਦੱਸੋ ਕਿ ਫਿਰ ਤਾਂ ਤਾਰੀਖ ਤੇ ਤਾਰੀਖ ਵਾਲਾ ਕੰਮ ਤਾਂ ਨਹੀਂ ਹੋਏਗਾ, ਫਿਰ ਟਾਈਮ ਬੜਾ ਇੱਕ ਇੰਪੋਰਟੈਂਟ ਚੀਜ਼ ਹੈ, ਇੱਕ ਸਾਲ ਨਿਕਲ ਜਾਂਦਾ ਫਿਰ ਬੱਚੇ ਤਾਂ ਰਹਿ ਜਾਣਗੇ ਵੀ ਕੋਰਟ ਦੇ ਆਰਡਰ ਤੇ ਬੈਠੇ ਹਾਂ ਜੀ ਅਸੀਂ ਤਾਂ। ਦੇਖੋ ਗੱਲ ਕੀ ਹੋ ਜਾਂਦੀ ਹੈ, ਕੋਰਟ ਨੇ ਇੱਕ ਵੈਲਕਮ ਸਟੈਪ ਲਿਆ, ਨੋਟੀਫਾਈ ਹੁਣ ਫੈਬਰੀ ਤੋਂ 21 ਤੱਕ, ਹੁਣ ਜੇ ਅਸੀਂ ਜੂਨ ਤੱਕ ਲਈਏ, ਇਲੈਕਸ਼ਨ ਕਰਕੇ ਗਵਰਨਮੈਂਟ ਨੋਟੀਫਾਈ ਨਹੀਂ ਕਰ ਸਕੀ, ਗਵਰਨਮੈਂਟ ਬਣੀ ਹੈ ਨਾਲ ਦੀ ਨਾਲ ਨੀਟ ਦਾ ਰੌਲਾ ਪੈ ਗਿਆ। ਸੋ ਇੱਕ ਬਹੁਤ ਵੱਡਾ ਇੱਕ ਤੁਸੀਂ ਕਹੋ ਵੱਡਾ ਸਿਸਟਮ ਦੇ ਵਿੱਚ ਇੱਕ ਬਹੁਤ ਵੱਡਾ ਲੈਕੁਨਾ ਬਾਹਰ ਆ ਗਿਆ ਸੀ, ਗਵਰਨਮੈਂਟ ਨੇ ਉਸ ਚੀਜ਼ ਦੀ ਤਿਆਰੀ ਕੀਤੀ ਹੋਈ ਸੀ, ਸੋ ਇਮੀਡੀਏਟਲੀ ਨੋਟੀਫਾਈ ਕਰਤਾ। ਲੇਕਿਨ ਹੁਣ ਜੇ ਰੈਟਰੋਸਪੈਕਟਿਵ ਐਪਲੀਕੇਸ਼ਨ ਨਹੀਂ ਹੁੰਦੀ, ਸੋ ਅਸੀਂ ਉਹਨੂੰ ਇੱਕ ਪੋਜ਼ਿਟਿਵ ਸਟੈਪ ਵੇਖ ਸਕਦੇ ਹਾਂ, ਐਟਲੀਸਟ ਅੱਗੇ ਤਾਂ ਦਿੱਕਤ ਨਹੀਂ ਆਊਗੀ। ਔਰ ਦੂਜੀ ਗੱਲ ਕੀ ਹੁੰਦੀ ਹੈ, ਇਨਵੈਸਟੀਗੇਟਿਵ ਏਜੰਸੀ ਦੀ ਕੰਪੀਟੈਂਸ ਤੇ ਡਿਪੈਂਡ ਕਰਦਾ। ਹੁਣ CBI ਇਸ ਚੀਜ਼ ਨੂੰ ਕਿੰਨੀ ਛੇਤੀ ਕਰੈਕ ਕਰਦੀ ਹੈ, ਜਿਸ ਮੈਂ ਹਮੇਸ਼ਾ ਐਗਜ਼ਾਮਪਲ ਦਿੰਦਾ ਹੁੰਦਾ ਕਿ ਜੇ ਸਾਨੂੰ ਇਹ ਪਤਾ ਹੈ ਕਿ ਕੋਈ ਵੀ ਬੰਦਾ ਕਿੰਨਾ ਮਰਜ਼ੀ ਪਾਵਰਫੁਲ ਹੈ, ਸਪੋਜ਼ ਉਹ ਸੜਕ ਤੇ ਕੂੜਾ ਸੁੱਟ ਦਿੰਦਾ, ਉਹਨੂੰ ਪਤਾ ਹੈ ਕਿ ਕੂੜਾ ਸੁੱਟਣ ਦੇ ਉੱਤੇ ਮੈਨੂੰ ਫਾਈਨ ਹੋ ਜਾਊਗਾ, ਭਾਵੇਂ ਮੈਂ ਇੱਕ ਮੰਤਰੀ ਹਾਂ, ਉਹ ਡਰ ਬੈਠੂਗਾ ਕਾਨੂੰਨ ਦਾ ਔਰ ਉਹ ਕਦੇ ਵੀ ਉਹੋ ਜਿਹੀ ਗਲਤ ਚੀਜ਼ ਨਹੀਂ ਕਰੂਗਾ। ਉਸੇ ਤਰ੍ਹਾਂ ਜੇ ਇੱਥੇ ਕੱਲ ਨੂੰ ਆਹ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਅਸੀਂ ਜੋ ਮਰਜ਼ੀ ਕਰੀਏ
ਸਾਡੇ ਖਿਲਾਫ ਐਕਸ਼ਨ ਹੋ ਜਾਊਗਾ ਤੇ ਪੇਪਰ ਲੀਕੇਜ ਵਰਗੀ ਚੀਜ਼ ਰੁਕ ਜਾਊਗੀ। ਔਰ ਪੇਪਰ ਲੀਕੇਜ ਜਿਹੜਾ ਹੈਗਾ ਉਹ ਡੈਮੇਜ ਪੂਰੀ ਜਨਰੇਸ਼ਨ ਨੂੰ ਕਰਦਾ। ਤੁਸੀਂ ਇਹ ਸੋਚੋ ਜੇ ਇਹੋ ਜਿਹੇ ਸਟੂਡੈਂਟ ਸਿਲੈਕਟ ਹੋ ਗਏ ਉਹ ਅੱਗੇ ਕਾਲਜਿਸ ਦੇ ਵਿੱਚ ਕੀ ਕਰਨਗੇ। ਵਿਕ ਸਾਹਿਬ ਤੁਸੀਂ ਇਹਦੇ ਜ਼ਿਕਰ ਕੀਤਾ 19 ਸੈਕਸ਼ਨਸ ਨੇ, ਇੱਕ ਦੋ ਕੋਈ ਮੇਨ ਇਹੋ ਜਿਹਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਆਇਆ ਹਾਲੇ ਤਾਂ ਸਜੈਸ਼ਨ ਦਾ ਦੌਰ ਹੈ ਨਾ ਕਿ ਕਿਵੇਂ ਇੰਪਲੀਮੈਂਟ ਹੋਏਗਾ, ਏਜੰਸੀ ਹੋਏਗੀ, ਏਜੰਸੀ ਨੂੰ ਵੀ ਅੱਗੇ ਫਾਲੋ ਕਰਨੇ ਪੈਣੇ ਸਟੈਪ। ਸਰ ਏਜੰਸੀ ਪਰਟੀਕੁਲਰ ਨੋਟੀਫਾਈ ਨਹੀਂ ਕੀਤੀ, ਬਟ ਜਨਰਲੀ ਜੋ ਮੈਨੂੰ ਸਮਝ ਆ ਰਿਹਾ ਸੀਬੀਆਈ ਕੋਲ ਜਾਣਗੇ ਕੇਸਿਸ, ਬਿਕੋਜ਼ ਸੈਂਟਰਲ ਏਜੰਸੀ ਪ੍ਰੀਮੀਅਰ ਇਨਵੈਸਟੀਗੇਟਿਵ ਏਜੰਸੀ ਹੋਈ ਹੈ। ਸੈਕਸ਼ਨ 10 ਤੇ 11 ਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨਸ ਰੱਖੀਆਂ ਕਿ ਜਿੱਥੇ ਜਿਹਦੇ ਵਿੱਚ ਇਹਨਾਂ ਨੇ ਸਜ਼ਾ ਪ੍ਰੋਵਾਈਡ ਕੀਤੀ ਹੈ ਕਿ 3 ਤੋਂ 5 ਸਾਲ ਕਿਹੜੇ ਕੇਸ 'ਚ ਹੈ ਜਾਂ 10 ਸਾਲ ਤੱਕ ਕਿਹੜੇ ਕੇਸ 'ਚ ਪ੍ਰੋਪਰਟੀ ਅਟੈਚ ਹੋਏਗੀ। ਪ੍ਰੋਪਰਟੀ ਅਟੈਚਮੈਂਟ ਦੀ ਵੀ ਪ੍ਰੋਵੀਜ਼ਨ ਹੈ ਔਰ ਉਹ ਬਹੁਤ ਰੈਲੇਵੈਂਟ ਹੈ। ਉਸ ਤੋਂ ਇਲਾਵਾ ਰਿਕਵਰੀ ਵੀ ਹੈ ਜੇ ਸਰਵਿਸ ਪ੍ਰੋਵਾਈਡਰ ਤੁਸੀਂ ਕਿਸੇ ਨੂੰ ਇਗਜ਼ਾਮ ਦੇ ਲਈ ਜਿਵੇਂ ਕਿਸੇ ਪ੍ਰਾਈਵੇਟ ਏਜੰਸੀ ਦੀ ਹੈਲਪ ਲਈ ਜਾਂ ਉਹ ਕੋਈ ਕੰਪਾਈਲੇਸ਼ਨ ਲਈ ਕਿਤੇ ਲਈ ਉਹਨਾਂ ਨੇ ਕੁਝ ਗੜਬੜ ਕਰਤੀ, ਸੋ ਉਹਨਾਂ ਤੋਂ ਟੂ ਦੈਟ ਇਫੈਕਟ ਰਿਕਵਰ ਵੀ ਕੀਤੀਆਂ ਜਾਣਗੀਆਂ ਕੋਸਟਸ। ਔਰ ਇੱਥੇ ਇਹਨਾਂ ਨੇ ਰਿਜ਼ਲਟ ਦੇ ਵਿੱਚ ਇਹ ਵੀ ਕੀਤਾ ਕਿ ਜੇ ਕੰਪਿਊਟਰ ਦੀਆਂ ਐਂਟਰੀਜ਼ ਦੇ ਵਿੱਚ ਵੀ ਕੁਝ ਬੰਦਾ ਕਰਦਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਹ ਵੀ ਰਿਸਪੋਂਸੀਬਲ ਹੈ। ਸੋ ਬਹੁਤ ਮਾਈਨਿਊਟ ਚੀਜ਼ਾਂ ਕੰਸਿਡਰ ਕਰਕੇ ਇਹ ਲੈਜਿਸਲੇਸ਼ਨ ਬਣਾਈ ਗਈ ਹੈ ਜੋ ਕਿ ਬਹੁਤ ਵਧੀਆ ਚੀਜ਼ ਹੈ ਐਂਡ ਇਟ ਇਜ਼ ਅ ਵੈਰੀ ਵੈਲਕਮ ਸਟੈਪ। ਮੇਰੇ ਖਿਆਲ ਨਾਲ ਤੁਸੀਂ ਦੇਖੋਗੇ ਇਹਨੂੰ ਬਹੁਤ ਸਾਰੇ ਸਟੇਟਸ ਵੀ ਆਪਦੇ ਸਟੇਟਸ ਦੇ ਵਿੱਚ ਅਡੋਪਟ ਕਰਨਗੇ।